ਦੇਖਿਆ ਮੱਕਾ, ਜਿੱਧਰ ਵੀ ਉਹਦੇ ਬਾਬਾ ਜੀ ਦੀ ਲੱਤਾਂ ਕਰਦੇ ਨੇ ਉੱਧਰ ਹੀ ਮੱਕਾ ਨਜ਼ਰ ਆਉਂਦਾ ਹੈ। ਹੈਰਾਨ ਹੋਏ, ਨਮਸਕਾਰ ਕੀਤੀ ਸਾਰਿਆਂ ਨੇ। ਜਿਸ ਤਰ੍ਹਾਂ ਆਪਾਂ ਪਹਿਲਾ ਸ਼ਬਦ ਸ਼੍ਰਵਣ ਕੀਤਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਇਸ ਤਰ੍ਹਾਂ ਬਾਬਾ ਜੀ ਨੂੰ ਉੱਥੇ ਵੀ ਉਹਨਾਂ ਨੇ ਨਮਸਕਾਰ ਕੀਤੀ ਅਤੇ ਉੱਥੇ ਫਿਰ ਇਹਨੇ ਪੁੱਛਿਆ, ਪੁੱਛਣ ਫੁੱਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਅਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬਾਬਾ ਕਿ ਹਾਜ਼ੀ ਹਾਂ, ਸ਼ੁਭ ਅਮਲਾਂ ਬਾਜੋ ਦੋਨੋਂ ਰੋਈ, ਆਪ ਜੀ ਨੇ ਸ਼ਬਦ ਸ਼ਰਮ ਕੀਤਾ ਹੈ ਪਹਿਲਾਂ। ਆਓ ਅਗਲਾ ਇੱਕ ਸ਼ਬਦ ਹੋਰ ਸ਼ਰਮ ਕਰ ਲਈਏ। ਗੁਰੂ ਸਾਹਿਬ ਜੀ ਸੁਮੇਰ ਪਰਬਤ 'ਤੇ ਜਦੋਂ ਗਏ ਨੇ, ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ, ਸਿੱਧ ਪੁੱਛਣ ਲੱਗੇ, ਸਨਾਹ ਨਾਨਕ ਜੀ ਤੁਸੀਂ ਸੰਸਾਰ ਤੋਂ, ਧਰਤੀ ਤੋਂ ਆਏ ਹੋ, ਉੱਥੇ ਦਾ ਕੀ ਹਾਲ ਚਾਲ ਹੈ, ਦੱਸੋ ਸਾਨੂੰ ਕਿਹੋ ਜਿਹਾ ਵਰਤਾਰਾ ਮਾਤ ਲੋਕ 'ਤੇ ਚੱਲ ਰਿਹਾ ਹੈ? ਕਿਉਂਕਿ ਮਹਾਂਪੁਰਸ਼ ਜਿਹੜੇ ਸੀ ਉਹ ਸਿੱਧ ਦੇ ਜੋਗੀ ਸੀ, ਉਹ ਹਿਮਕੁੰਟ ਤੋਂ ਵੀ ਉੱਪਰ ਬਰਫਾਨੀ ਪਹਾੜੀਆਂ ਵਿੱਚ ਰਹਿ ਰਹੇ ਸੀ ਸੰਸਾਰ ਦਾ ਤਿਆਗ ਕਰਕੇ, ਅਤੇ ਗੁਰੂ ਸਾਹਿਬ ਜੀ ਨੂੰ ਸਮਝਾਉਣ ਵਾਸਤੇ ਗਏ ਸੀ, ਭਾਈ ਤੁਸੀਂ ਆਪਣਾ ਘਰ ਬਾਰ ਛੱਡ ਕੇ, ਬਾਲ ਬੱਚਿਆਂ ਨੂੰ ਛੱਡ ਕੇ, ਮਾਤਾ ਪਿਤਾ ਦੀ ਸੇਵਾ ਕਰਨੀ ਛੱਡ ਕੇ, ਅਤੇ ਤੁਸੀਂ ਇੱਥੇ ਬੰਦਗੀ ਕਰਦੇ, ਉਹਦਾ ਕੋਈ ਫਾਇਦਾ ਨਹੀਂ। ਇਹਨੂੰ ਚੰਗਾ ਤੁਸੀਂ ਸੰਸਾਰ ਵਿੱਚ ਰਹਿੰਦੇ, ਕਾਲ ਗਾਇਕ ਜਾਤੋਂ ਦੇਵ ਜੀ ਮਹਾਰਾਜ ਦਾ ਇਹ ਵੀ ਉਪਦੇਸ਼ ਹੈ ਭਾਈ, ਆਪਣੇ ਹੱਥੀਂ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ, ਸੰਸਾਰ 'ਤੇ ਰਹਿ ਕੇ ਤੁਸੀਂ ਧਰਮ ਕਰਮ ਕਰਦੇ, ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋ, ਜ਼ਿਆਦਾ ਚੰਗਾ ਸੀ। ਇੱਥੇ ਆਣ ਕੇ ਤੁਸੀਂ ਕੀ ਕਰਦੇ ਪਏ ਹੋ? ਆਓ ਸ਼ਬਦ ਗਾਇਨ ਕਰੀਏ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ
ਕਹਿੰਦੇ ਕਿ ਤੁਸੀਂ ਵੀ ਲੋਕਾਂ ਨੂੰ ਸਿੱਧੀ ਸਿਹਤ ਦਿੰਦੀ ਸੀ ਅਤੇ ਤੁਸੀਂ ਵੀ ਹੱਟ ਕੇ ਪਹਾੜਾਂ 'ਚ ਛੁੱਟ ਕੇ ਬੈਠ ਗਏ ਹੋ। ਸੰਸਾਰ ਦਾ ਪਾਲ ਤਾਰਾ ਕਿਵੇਂ ਹੋਇਆ? ਹੁਣ ਅੱਗੇ ਦੱਸਦੇ ਨੇ ਕਿ ਜਿਹੜੇ ਸੰਸਾਰ ਤੇ ਕੁਝ ਰਹਿੰਦੇ ਸੀ ਜੋਗੀ, ਉਹ ਕੀ ਕਰਦੇ ਨੇ? ਬਾਤ ਹੈ ਮੈਂ ਮੂਰਖ ਕੀ ਕੇਤਕ
ਸਾਹਿਬ ਜੀ ਕਹਿ ਰਹੇ ਨੇ ਕਿ ਜਿਹਨਾਂ ਜਿਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਉਹਨਾਂ ਦੀ ਗੁਰੂ ਨਾਨਕ ਜਿਨ ਸੋਹਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਮੈਂ ਮੂਰਖ ਕੀ ਕਿਤਕ ਬਾਤ ਕੀਤਕ ਬਾਤ ਹੈ ਮੈਂ ਮੂਰਖ ਕੀ ਕੀਤਕ ਬਾਤ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁੜੀ ਜੁੜ ਬੈਠੀ ਗੁਰੂ ਪਿਆਰੇ ਸਾਧ ਸਿੰਘ ਸਭ ਤੋਂ ਪਹਿਲਾਂ ਗੁਰਦੀ ਬਖਸ਼ੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗ ਹਨ ਗੁਰਚੋਰ ਨੇ ਜੁੜ ਬੈਠ ਕੇ ਆਪਣੇ ਤੁਰਕੀ ਮੰਡ ਕੀਰਤਨ ਗੁਰੂ ਘਰ ਦੇ ਰਾਗੀ ਜੀ ਅਤੇ ਭਾਈ ਸਾਹਿਬ ਗੁਰਦੇਵ ਸਿੰਘ ਹੋਰਾਂ ਪਾਸੋਂ ਸਰਵਨ ਕੀਤੇ ਹਨ ਅਸੀਂ ਭਾਈ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਗੁਰੂ ਪਿਆਰੇ ਸਾਧ ਸਿੰਘ ਜੀ ਅਸੀਂ ਗੁਰਦੁਆਰਾ ਸਿੰਘ ਸਭਾ ਦੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਆਈ ਸਾਰੀ ਸੰਗਤ ਬੱਚਿਆਂ ਦੇ ਮਾਤਾ ਪਿਤਾ ਬੱਚੇ ਅਤੇ ਖਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੂੰ ਲੱਖ ਲੱਖ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਦਿੰਦੇ ਹਾਂ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਹਾਂ ਕਿ ਸਾਰੇ ਬੱਚਿਆਂ ਨੂੰ ਨਾਮਦਾਨ ਚੜ੍ਹਦੀਆਂ ਕਲਾਂ ਸਾਰੇ ਪਰਿਵਾਰ ਦੇ ਆਪਣੇ ਪ੍ਰਤ ਰੱਖਣ ਚੜ੍ਹਦੀਆਂ ਕਲਾਂ ਬਖਸ਼ਣ ਤਾਂ ਕਿ ਜੋ ਇਹ ਸਕੂਲ ਹੈ ਚੜ੍ਹਦੀਆਂ ਕਲਾਂ ਵਿੱਚ ਜਾਵੇ ਗੁਰੂ ਪਿਆਰੇ ਸਾਧ ਸਿੰਘ ਜੀ ਅਸੀਂ ਬਹੁਤ ਧੰਨਵਾਦੀ ਹਾਂ ਖਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਭਾਈ ਸਾਹਿਬ ਗੁਰਚਰਨ ਸਿੰਘ ਜੀ ਸੰਧਾ ਸੰਘਾ ਦਰਸ਼ਨ ਸਿੰਘ ਜੀ ਗਿੱਲ ਅਤੇ ਉਹਨਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਜੀ ਬਲ ਜਿਨ੍ਹਾਂ ਨੇ ਕਿ ਬਹੁਤ ਹੀ ਸੋਹਣੇ ਉਪਰਾਲੇ ਕਰਕੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਨਾਲ ਨਾਲ ਗੁਰਬਾਣੀ ਨਾਲ ਜੋੜਨ ਦੀ ਉਪਰਾਲੇ ਕੀਤੇ ਹਨ ਅਸੀਂ ਇਹਨਾਂ ਦੇ ਤਹਿ ਦਿਲ ਧੰਨਵਾਦੀ ਹਾਂ ਗੁਰੂ ਪਿਆਰੇ ਸਾਧ ਸਿੰਘ ਜੀ ਹੁਣ ਬੇਨਤੀ ਕਰਦੇ ਹਾਂ ਭੈਣ ਜੀ ਰਿਆੜ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਟੇਜ 'ਤੇ ਆ ਕੇ ਜੋ ਆਪਣੇ ਬੱਚਿਆਂ ਦਾ ਜੋ ਪ੍ਰੋਗਰਾਮ ਹੈ ਉਹ ਸ਼ੁਰੂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਬਲੋਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ ਬੜੇ ਫਖਰ ਦੀ ਗੱਲ ਹੈ ਮਾਣ ਦੀ ਗੱਲ ਹੈ
ਕਿ ਅੱਜ ਅਸੀਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਦੇ ਸੂਰਜ ਮਹਾਨ ਕ੍ਰਾਂਤੀਕਾਰੀ ਯੋਧੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਦੁਆਰਾ ਸਿੰਘ ਸਭਾ ਦੇ ਦਰਬਾਰ ਹਾਲ ਵਿੱਚ ਇਕੱਤਰ ਹੋਏ ਹਾਂ। ਆਪ ਸਭ ਨੂੰ ਸਮੁੱਚੀ ਪ੍ਰਬੰਧਕ ਕਮੇਟੀ ਸਮੁੱਚੇ ਸਟਾਫ ਅਤੇ ਬੱਚਿਆਂ ਵੱਲੋਂ ਜੀ ਆਇਆਂ ਨਿੱਘਾ ਸਵਾਗਤ ਹੈ। ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪ੍ਰਾਤੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰਬਾਸ ਨਾ ਭਰਿਆ ਰੇ। ਖੂਬਸੂਰਤ ਬਹੁਤ ਹੀ ਠੰਮੇ ਦੇ ਨਾਲ ਭਾਈ ਸਾਹਿਬ ਆਪ ਜੀ ਨੂੰ ਇਹ ਸ਼ਬਦ ਸਰਵਣ ਕਰਵਾ ਰਹੇ ਸਨ। ਐਡਮਿੰਟਨ ਖਾਲਸਾ ਸਕੂਲ ਦਾ ਵੀ ਇੱਕ ਨਿਮਾਣਾ ਜਿਹਾ ਉਪਰਾਲਾ ਹੈ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ, ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਵਾਕਫੀਅਤ ਕਰਵਾਉਣ ਦਾ। ਪ੍ਰਬੰਧਕ ਕਮੇਟੀ ਸਾਡੇ ਪ੍ਰਿੰਸੀਪਲ ਤਤਪਰ ਰਹਿੰਦੇ ਹਨ ਕਿ ਅਸੀਂ ਕੋਈ ਵੀ ਮੌਕਾ ਹੱਥੋਂ ਨਾ ਜਾਣ ਦੇਈਏ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਨਾ ਕਰਵਾਈਏ। ਅਤੇ ਇਸ ਤੋਂ ਹੋਰ ਵੱਡਾ ਮੌਕਾ ਕੀ ਹੋ ਸਕਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਅੱਜ ਇਸ ਹਾਲ ਵਿੱਚ ਇਕੱਠੇ ਹੋਏ ਹਾਂ। ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਪ੍ਰੋਗਰਾਮ ਦਾ ਆਗਾਜ਼